ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧੰਗ ਜੀ, ਆਪ ਜੀ ਨੂੰ ਬਹੁਤ ਬਹੁਤ ਖੁਸ਼ੀ ਹੋਏਗੀ ਸੁਣ ਕੇ, ਕਿਉਂਕਿ ਅੱਜ ਮੈਂ ਔਰ ਜਸਵਿੰਦਰ ਭੈਣ ਜੀ, ਮੇਰਾ ਨਾਮ ਹੈਗਾ ਜਸਵੀਰ ਕੌਰ, ਅਸੀਂ ਆਪ ਜੀ ਲਈ ਇੱਕ ਬਹੁਤ ਵਧੀਆ ਸੁੰਦਰ ਕੁੱਕਰੀ ਦਾ ਪ੍ਰੋਗਰਾਮ, ਜਾਸ ਐਂਡ ਜਾਸ ਕੁੱਕਰੀ ਪ੍ਰੋਗਰਾਮ ਔਰ ਕੁੱਕਰੀ ਸ਼ੋਅ, ਜੋ ਵੀ ਤੁਸੀਂ ਚਾਹੁੰਦੇ ਹਾਂ ਉਹੀ ਅਸੀਂ ਕਹਿ ਸਕਦੇ ਹਾਂ। ਅਤੇ ਉਮੀਦ ਹੈ ਕਿ ਜਿਹੜਾ ਸਾਡਾ ਕੁੱਕਰੀ ਦਾ ਪ੍ਰੋਗਰਾਮ ਆ, ਇਹ ਅਸੀਂ ਇਸ ਤਰ੍ਹਾਂ ਦੀ ਕੁੱਕਰੀ ਕਰਨੀ ਹੈਗੀ ਆ, ਉਹ ਖਾਣਾ ਪੀਣਾ ਬਣਾਉਣਾ ਹੈਗਾ ਜਿਹੜੇ ਆਮ ਆਪਾਂ ਘਰਾਂ ਦੇ ਵਿੱਚ ਬਣਾਉਂਦੇ ਹਾਂ, ਰੈਸਟੋਰੈਂਟ ਵਾਲਾ ਨਹੀਂ, ਪਰ ਜਿਹੜਾ ਸਾਡੇ ਵਾਸਤੇ ਹੈਲਥੀ ਵੀ ਹੈਗਾ, ਨਿਊਟ੍ਰੀਸ਼ੀਅਸ ਵੀ ਹੈਗਾ। ਸੋ ਉਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਮਨ ਦੇ ਵਿੱਚ ਰੱਖਣੀਆਂ, ਜਿਹੜਾ ਜਿਸ ਵੇਲੇ ਤੁਸੀਂ ਖਾਓਗੇ ਆਪ ਜੀ ਨੂੰ ਸਵਾਦ ਵੀ ਲੱਗੇ, ਪਰ ਆਪਣੇ ਬੈਸਟ ਆਫ ਆਲ ਤੁਹਾਡੇ ਸਰੀਰ ਵਾਸਤੇ ਵੀ ਅੱਛਾ ਹੋਵੇ। ਸੋ ਅਸੀਂ ਕੋਸ਼ਿਸ਼ ਕਰਨੀ ਆ ਇਸ ਤਰ੍ਹਾਂ ਦੇ ਆਪ ਜੀ ਲਈ ਪ੍ਰੋਗਰਾਮ ਲਿਆਈਏ, ਉਸ ਹਿਸਾਬ ਦੇ ਨਾਲ ਖਾਣਾ ਪੀਣਾ ਬਣਾਈਏ ਜਿਹੜਾ ਸਾਡੇ ਸਾਰਿਆਂ ਵਾਸਤੇ ਬਹੁਤ ਵਧੀਆ ਹੋਵੇ। ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਹੈਲਥ ਪ੍ਰੋਬਲਮ ਹੋਵੇ, ਯਾਨੀ ਕਿ ਇਸ ਤਰ੍ਹਾਂ ਤੁਹਾਨੂੰ ਕੋਈ ਵੀ ਫੀਲ ਨਾ ਹੋਵੇ, ਇਹ ਅਸੀਂ ਖਾ ਨਹੀਂ ਸਕਦੇ ਜੋ ਸਾਨੂੰ ਸ਼ੋਅ ਕੀਤਾ, ਸਭ ਖਾ ਸਕਦੇ ਹੁੰਦੇ, ਆਪਾਂ ਉਸ ਹਿਸਾਬ ਨਾਲ ਤੁਹਾਨੂੰ ਡੀਟੇਲਸ ਦੱਸਾਂਗੇ। ਅਗਰ ਤੁਹਾਡੇ ਕੋਲ ਸ਼ੂਗਰ ਹੈਗੀ ਆ, ਚਾਹੇ ਤੁਹਾਡੇ ਕੋਲ ਹਾਈ ਬਲੱਡ ਪ੍ਰੈਸ਼ਰ ਹੈਗਾ ਆ, ਔਰ ਹੋਰ ਵੀ ਕੋਈ ਡਾਇਬੈਟਿਕ ਹੋ, ਤਾਂ ਫਿਰ ਤੁਸੀਂ ਕਿਹੜੀ ਚੀਜ਼ ਉਸ ਤੋਂ ਬਾਹਰ ਕੱਢ ਸਕਦੇ, ਚਾਹੇ ਕੰਮ ਯੂਜ ਕਰ ਸਕਦੇ ਆ। ਆਓ ਜੀ ਹੁਣ ਆਪ ਜੀ ਨੂੰ ਜਸਵਿੰਦਰ ਭੈਣ ਜੀ, ਜੋ ਅੱਜ ਦੀ ਇਹਨੀ ਰੈਸਪੀ ਤਿਆਰ ਕੀਤੀ ਹੈਗੀ ਆ, ਉਹ ਆਪ ਜੀ ਨੂੰ ਥੋੜ੍ਹਾ ਵਾਲਾ ਉਸ ਦੇ ਬਾਰੇ ਭੈਣ ਜੀ ਸਾਨੂੰ ਦੱਸੋ ਜੀ। ਸਭ ਤੋਂ ਪਹਿਲੇ ਸਾਰੇ ਹੀ ਦਰਸ਼ਕਾਂ ਨੂੰ, ਜਿਨ੍ਹਾਂ ਨੇ ਜੋ ਕਿ ਤੁਸੀਂ ਸਾਂਝਾ ਵਿਹੜਾ ਸਾਡਾ ਪ੍ਰੋਗਰਾਮ ਅੱਗੇ ਦੇਖਦੇ ਹੋ, ਅਸੀਂ ਇੱਕ ਹੁਣ ਨਵਾਂ ਪ੍ਰੋਗਰਾਮ ਲੈ ਕੇ ਆਏ ਹਾਂ, ਕੁੱਕਰੀ ਸ਼ੋਅ, ਜੋ ਕਿ ਸਿੱਖ ਚੈਨਲ ਵਾਲੇ ਸਾਡੇ ਘਰ ਆਏ ਹਨ, ਅਤੇ ਜੋ ਤੁਹਾਨੂੰ ਤੁਹਾਡੇ ਘਰਾਂ ਤੱਕ ਹੈ ਜੋ ਕੁੱਕਰੀ ਸ਼ੋਅ ਪਹੁੰਚਾਉਣਗੇ, ਜੋ ਅਸੀਂ ਅੱਜ ਕੁਕਿੰਗ ਕਰਾਂਗੇ ਉਹ ਲੈਸ ਓਇਲ, ਬਹੁਤ ਘੱਟ ਤੇਲ ਯੂਜ਼ ਕਰਾਂਗੇ, ਅਤੇ ਉਹਦੇ 'ਚ ਉਹ ਇਨਗਰੀਡੀਅਨ ਜਿਵੇਂ ਤੁਸੀਂ ਹੁਣ ਪਹਿਲੇ, ਸਭ ਤੋਂ ਪਹਿਲੇ ਆਪਾਂ ਸਟਾਰਟਰ ਕਰਨ ਲੱਗਿਆ ਸ਼ੁਰੂ। ਭੈਣ ਜੀ ਤੁਸੀਂ ਤੇਲ ਦੀ ਗੱਲ ਕਹੀ ਹੈਗੀ ਆ, ਤੁਸੀਂ ਤੇਲ ਕਿਉਂਕਿ ਅੱਜ ਕੱਲ੍ਹ ਥੋੜ੍ਹੇ ਸਸਤੇ ਵੀ ਮਿਲ ਜਾਂਦੇ, ਜਿਹੜੇ ਸਾਡੇ ਸਰੀਰ ਵਾਸਤੇ ਇੰਨੇ ਚੰਗੇ ਨਹੀਂ, ਔਰ ਥੋੜ੍ਹੇ ਮਹਿੰਗੇ ਹੁੰਦੇ, ਪਰ ਉਹ ਸਾਡੀ ਹੈਲਥ ਵਾਸਤੇ ਬਹੁਤ ਵਧੀਆ। ਤੁਸੀਂ ਕਿਹੜਾ ਤੇਲ ਵਰਤਣਾ? ਮੈਂ ਰੈਪਸੀਡ ਓਇਲ ਯੂਜ਼ ਕਰ ਰਹੀ ਹਾਂ। ਅੱਛਾ, ਕਿਉਂ? ਰੈਪਸੀਡ ਓਇਲ ਕਹਿੰਦੇ ਨੇ ਹੈਲਥ ਵਾਸਤੇ ਬਹੁਤ ਚੰਗਾ ਹੈ। ਅੱਛਾ, ਵੈਸੇ ਅਗਰ ਤੁਸੀਂ ਦੇਖਿਆ ਜਾਓ ਜੋ ਚੀਜ਼ ਦਾ ਹੁੰਦਾ ਕਿ ਰੈਪਸੀਡ ਓਇਲ ਹੋ ਗਿਆ, ਓਲਿਵ ਓਇਲ ਹੋ ਗਿਆ, ਅਤੇ ਜਿਸ ਤਰ੍ਹਾਂ ਅਸੀਂ ਸੁੱਕੀ ਸਬਜ਼ੀਆਂ ਬਣਾਉਂਦੇ ਹਾਂ, ਆਪਾਂ ਜਿਸ ਤਰ੍ਹਾਂ ਬਣਾਉਂਦੇ ਹਾਂ ਕਰੇਲੇ ਬਣਾਉਂਦੇ ਹਾਂ, ਭਿੰਡੀਆਂ ਬਣਾਉਂਦੇ ਹਾਂ, ਇਹਨਾਂ ਵਾਸਤੇ ਆਪਾਂ ਨਾ ਦੂਸਰਾ ਓਇਲ ਮਸਟਰਡ ਓਇਲ ਵੀ ਯੂਜ਼ ਕਰ ਸਕਦੇ ਹਾਂ। ਅੱਛਾ, ਜੋ ਕਿ ਅੰਦਰ ਜਾ ਕੇ ਬਿਲਕੁਲ ਜੰਮਦਾ ਨਹੀਂ ਹੈ, ਉਸ ਤਰ੍ਹਾਂ ਹੀ ਰਹਿੰਦਾ ਹੈ। ਹਾਂਜੀ, ਅਤੇ ਉਹ ਬਹੁਤ ਹੀ ਫਾਇਦੇਮੰਦ ਹੈ, ਅਤੇ ਮੈਨੂੰ ਰੈਪਸੀਡ ਓਇਲ ਕਿਸੇ ਨੇ ਕਿਹਾ ਸੀ ਕਿ ਇਹ ਬਹੁਤ ਹੀ ਚੰਗਾ ਹੈਲਥ ਵਾਸਤੇ, ਉਸ ਤੋਂ ਬਾਅਦ ਮੈਂ ਇਹੀ ਯੂਜ਼ ਕਰ ਰਹੀ ਹਾਂ, ਕਹਿੰਦੇ ਅੰਦਰ ਜਾ ਕੇ ਜੰਮਦਾ ਬਿਲਕੁਲ ਵੀ ਨਹੀਂ ਹੈ, ਸੋ ਮੈਂ ਇਸੇ ਕਾਰਨ ਇਸ ਨੂੰ ਯੂਜ਼ ਕਰ ਰਹੀ ਹਾਂ। ਇਹ ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਅੰਦਰ ਜਾ ਕੇ ਜੰਮਦਾ ਨਹੀਂ, ਸਾਧ ਸੰਗਤ ਜੀ ਜੇ ਅਸੀਂ ਲਾ ਲਓ ਸਿੰਕ ਦੇ ਵਿੱਚ ਅਸੀਂ ਘਿਓ ਸਿੱਟ ਦਿੱਤਾ, ਔਰ ਹੈ ਨਾ ਜਿਸ ਵੇਲੇ ਉੱਪਰ ਠੰਡਾ ਪਾਣੀ ਪਾ ਦਈਏ ਤਾਂ ਉਹ ਜੰਮ ਜਾਂਦਾ, ਇਸੇ ਤਰ੍ਹਾਂ ਜਿਸ ਵੇਲੇ ਆਪਾਂ ਘਿਓ ਖਾਂਦੇ ਹਾਂ, ਕਿਸੇ ਤਰ੍ਹਾਂ ਦੀ ਧੰਦਿਆਈ ਵਾਲੀ ਚੀਜ਼ ਖਾਂਦੇ ਹਾਂ, ਅੰਦਰ ਜਾ ਕੇ ਉਹ ਜੰਮ ਜਾਂਦੀ ਆ। ਇਸ ਕਰਕੇ ਸਾਨੂੰ ਠੰਡਾ ਪਾਣੀ ਬਿਲਕੁਲ ਨਹੀਂ ਪੀਣਾ ਚਾਹੀਦਾ, ਖਾਣੇ ਦੇ ਨਾਲ ਵੇਟ ਜ਼ਰੂਰ ਕਰਨੀ ਚਾਹੀਦੀ ਆ। ਹਾਂਜੀ ਬਿਲਕੁਲ ਜੀ, ਅਤੇ ਇਹ ਜੋ ਹੁਣ ਅੱਜ ਆਪਾਂ ਬਣਾਉਣ ਲੱਗੇ ਹਾਂ, ਇਹ ਸਿਜ਼ਲਰ ਜੋ ਕਿ ਸਾਰੇ ਨੇ ਰੈਸਟੋਰੈਂਟ 'ਚ ਖਾਧਾ ਹੋਇਆ, ਸਭ ਨੂੰ ਇਹਦੇ ਟੇਸਟ ਦਾ ਪਤਾ ਹੈ, ਲੇਕਿਨ ਤੁਸੀਂ ਦੇਖਿਓ ਸਿਜ਼ਲਰ ਟੋਟਲੀ ਡਿਫਰੈਂਟ ਹੋਏਗਾ। ਇਹਦੇ ਵਿੱਚ ਜਿਹੜੀ ਚੀਜ਼ਾਂ ਸਾਡੇ ਫਾਇਦੇਮੰਦ ਨੇ ਉਹ ਯੂਜ਼ ਕੀਤੀਆਂ ਜਾਂਦੀਆਂ, ਕਿਉਂਕਿ ਮੈਂ ਰੈਸਟੋਰੈਂਟ 'ਚ ਸਿਜ਼ਲਰ ਖਾਇਆ, ਉਹਦੇ 'ਚ ਆਲੂ ਵੀ ਯੂਜ਼ ਕਰਦੇ ਨੇ। ਅੱਛਾ, ਪਰ ਮੈਂ ਆਲੂ ਨਹੀਂ ਯੂਜ਼ ਕਰਨੇ, ਆਪਾਂ ਉਹ ਚੀਜ਼ਾਂ ਯੂਜ਼ ਕਰਾਂਗੇ ਕਿ ਜਿਹੜੀ ਹੈਲਥ ਵਾਸਤੇ ਚੰਗੀਆਂ ਨੇ, ਜਿਸ ਤਰ੍ਹਾਂ ਕਿ ਹੁਣ ਮੈਂ ਸ਼ਿਮਲਾ ਮਿਰਚ ਕੱਟ ਰਹੀ ਹਾਂ। ਹਾਂਜੀ, ਇਹ ਤੁਸੀਂ ਮੈਨੂੰ ਦੱਸੋਗੇ ਤਿੰਨ ਤਰ੍ਹਾਂ ਦੀਆਂ ਔਰ ਦੋ ਤਰ੍ਹਾਂ ਦੀਆਂ, ਹਾਂ, ਕਿਉਂ ਤੁਸੀਂ ਯੂਜ਼ ਕਰ ਰਹੇ, ਇੱਕ ਗ੍ਰੀਨ ਕਿਉਂ ਨਹੀਂ ਕਰਦੇ? ਨਹੀਂ, ਵੈਸੇ ਗ੍ਰੀਨ ਇਹਦੇ 'ਚ ਕੋਈ ਉਹ ਗੱਲ ਨਹੀਂ ਹੈ, ਪਰ ਮੈਂ ਇਸ ਵਾਸਤੇ ਨੂੰ ਯੂਜ਼ ਕਰ ਰਹੀ ਹਾਂ ਕਿ ਕਲਰਫੁੱਲ, ਜਿੰਨਾ ਵੀ ਕੋਈ ਚੀਜ਼ ਤੁਸੀਂ ਬਣਾਉਂਦੇ ਹੋ ਦੇਖਣ ਨੂੰ ਜਿੰਨੀ ਸੋਹਣੀ ਲੱਗੇ, ਖਾਣ ਨੂੰ ਉਨਾ ਹੀ ਦਿਲ ਕਰਦਾ ਹੈ। ਹਾਂਜੀ, ਇਹ ਤਾਂ ਤੁਹਾਡੀ ਗੱਲ ਬਹੁਤ ਵਧੀਆ ਹੈਗੀ ਆ, ਕਿਉਂਕਿ ਕਈ ਵਾਰ ਖਾਣਾ ਜਿੰਨਾ ਮਰਜ਼ੀ ਸਵਾਦ ਹੋਵੇ, ਪਰ ਜੇ ਉਹਦੀ ਲੁੱਕ ਨਹੀਂ ਲੁੱਕ ਤੇ ਸਾਨੂੰ ਠੀਕ ਨਹੀਂ ਲੱਗਦਾ ਖਾਣਾ। ਬਿਲਕੁਲ ਬਿਲਕੁਲ। ਹਾਂਜੀ, ਤੇ ਜਿਸ ਤਰ੍ਹਾਂ ਕਿ ਆਪਾਂ ਨੂੰ ਕਈ ਵਾਰ ਕਹਿੰਦੇ ਨਾ ਢਿੱਡ ਭਰਿਆ ਆ, ਪਰ ਦੇਖ ਕੇ ਨਾ ਤੇ ਦਿਲ ਕਰਦਾ ਖਾ ਲਈਏ ਨਾ, ਸੋ ਇਸੇ ਵਾਸਤੇ ਅਸੀਂ ਇਹ ਕਲਰਫੁੱਲ ਸ਼ਿਮਲਾ ਮਿਰਚ ਯੂਜ਼ ਕਰਨੇ ਆ, ਤੇ ਮੈਂ ਤਾਂ ਹਾਲੀ ਯੈਲੋ ਵੀ ਦੇਖ ਰਹੀ ਸੀ, ਮੈਨੂੰ ਯੈਲੋ ਮਿਲੀ ਨਹੀਂ। ਅੱਛਾ, ਤੇ ਫਿਰ ਮੈਂ ਕਿਹਾ ਚਲੋ ਦੋ ਕਲਰ ਵੀ ਚੱਲਣਗੇ ਨਾ। ਨਹੀਂ ਨਹੀਂ, ਦੋ ਕਲਰ ਵੀ ਬਹੁਤ ਵਧੀਆ। ਮੈਂ ਸਾਰੀ ਵਾਸ਼ ਕਰਕੇ ਚੀਜ਼ਾਂ ਰੱਖੀਆਂ ਹੋਈਆਂ ਕਿ ਇਸੇ ਤਰ੍ਹਾਂ ਹੁਣ ਅਸੀਂ ਯੂਜ਼ ਕਰ ਲੈਣੀ ਆ, ਤੇ ਮੈਂ ਸਿਰਫ ਇਹ ਨਾ ਕਹਿਣ ਕਿ ਇਸ ਤਰ੍ਹਾਂ ਹੀ ਕੱਟ ਲਈਆਂ, ਪਹਿਲੇ ਹਮੇਸ਼ਾ ਇਹਨੂੰ ਚੰਗੀ ਤਰ੍ਹਾਂ ਧੋ ਕੇ ਤੁਸੀਂ ਰੱਖ ਲਓ, ਡਰੇਨ ਕੀਤੀਆਂ ਹੋਈਆਂ। ਬਿਲਕੁਲ ਬਿਲਕੁਲ ਬਿਲਕੁਲ, ਤੇ ਪਾਣੀ ਵੀ ਨਿਚੜ ਜਵੇ ਵਿੱਚੋਂ। ਬਿਲਕੁਲ, ਹਾਲੀ ਵੈਟ ਹੈਗੀਆਂ, ਪਰ ਉਹਦਾ ਮਤਲਬ ਪਾਣੀ ਇੰਨਾ ਨਹੀਂ ਹੈ। ਹਾਂਜੀ, ਨਾਲੇ ਉਸੇ ਟਾਈਮ ਅਸੀਂ ਧੋ ਕੇ ਯੂਜ਼ ਕਰਨੇ ਆ ਨਾ, ਫਿਰ ਥੋੜਾ ਪਾਣੀ ਰਹਿ ਜਾਂਦਾ। ਹਾਂਜੀ,
ਤੇ ਇਹਨੂੰ ਮਤਲਬ ਖਾਣ ਵਿੱਚ ਵੀ ਸ਼ਿਮਲਾ ਮਿਰਚ ਬਹੁਤ ਹੀ ਤੁਸੀਂ ਮੈਂ ਦੇਖਿਆ ਹੈਗਾ ਤੁਸੀਂ ਕਾਫੀ ਮੋਟੇ ਮੋਟੇ ਔਰ ਅਸੀਂ ਕਹਿ ਸਕਦੇ ਆ ਥੋੜੀ ਵਾਈਟ ਇਹਨੂੰ ਕੱਟਦੇ ਆ ਜਿਸ ਵੇਲੇ ਮੈਂ ਬਣਾਉਂਦੀ ਹੈਗੀ ਮੈਂ ਲੰਮੀ ਤੌਰ ਤੇ ਥੋੜੀਆਂ ਬਰੀਕ ਬਰੀਕ ਕਰਦੇ ਇਹਦੇ ਵਿੱਚ ਕੋਈ ਰੀਜ਼ਨ ਹੈਗੀ ਇਹਦਾ ਕੋਈ ਰੀਜ਼ਨ ਨਹੀਂ ਜਿਹੜੀ ਸ਼ੇਪ ਤੁਸੀਂ ਲਾਈਕ ਕਰਦੇ ਹੋ ਤੁਸੀਂ ਸ਼ੇਪ ਵੀ ਕਰ ਸਕਦੇ ਹੋ ਹਾਂਜੀ ਇਹਦਾ ਕੋਈ ਰੀਜ਼ਨ ਨਹੀਂ ਕਿ ਕਿਹੜੀ ਸ਼ੇਪ ਹੈ ਕੋਈ ਛੋਟੇ ਛੋਟੇ ਕਿਊਬ ਵਿੱਚ ਕਰ ਲੈਂਦਾ ਹੈ ਹਾਂਜੀ ਪਰ ਇਹ ਨਾ ਜਿਵੇਂ ਮੋਟੇ ਮੋਟੇ ਜਿੰਨਾ ਦਿਸਦਾ ਉਹਨਾਂ ਜ਼ਿਆਦਾ ਨਾਈਸ ਲੱਗਦਾ ਦੇਖਣ ਨੂੰ ਨਾ ਤੇ ਉਹ ਨਹੀਂ ਤਾਂ ਛੋਟੇ ਛੋਟੇ ਬਹੁਤ ਜਲਦੀ ਇਸ ਤਰ੍ਹਾਂ ਸੁੰਗੜ ਜੀਆਂ ਜਾਂਦੀਆਂ ਹਾਂਜੀ ਮੇਰਾ ਮਤ ਜਾਨੀ ਕਿ ਇੰਨਾ ਕੁਕਿੰਗ ਟਾਈਮ ਵੀ ਘਟ ਜਾਂਦਾ ਹੈ ਥੋੜਾ ਜਿਹਾ ਆਪਾਂ ਕੰਮ ਤੋਂ ਆਈਦਾ ਹੈ ਸ਼ਾਮ ਨੂੰ ਤੇ ਫਿਰ ਥੋੜਾ ਟਾਈਮ ਨਾ ਲੱਗੇ ਤੁਸੀਂ ਤਾਂ ਚਲੋ ਘਰੇ ਹੀ ਹੁੰਨੇ ਆ ਹਨਾ ਤੇ ਜਿੰਨਾ ਮਰਜ਼ੀ ਪ੍ਰੀਤ ਉਹਦੇ ਉੱਪਰ ਲਾਵੋ ਜਿਹੜੀਆਂ ਲੇਡੀਜ਼ ਕੰਮ ਕਰਦੀਆਂ ਉਹਨਾਂ ਨੂੰ ਹੁੰਦਾ ਘਰ ਆਏ ਆ ਤਾਂ ਵਧੀਆ ਖਾਣਾ ਬਣਾਈਏ ਤੇ ਥੋੜਾ ਜਲਦੀ ਵੀ ਬਣ ਜਵੇ ਹਾਂਜੀ ਅੱਛਾ ਭੈਣ ਜੀ ਤੁਸੀਂ ਇਹ ਨਾ ਮਿਰਚਾਂ ਤੇ ਕੱਟ ਲਈਆਂ ਹੈਗੀਆਂ ਤੁਸੀਂ ਹੁਣ ਸਾਨੂੰ ਥੋੜਾ ਜਿਹਾ ਦੱਸੋ ਮਿਰਚਾਂ ਦੇ ਵਿੱਚ ਤੁਹਾਡੀ ਹੋਰ ਇੰਗਰੀਡੀਐਂਟਸ ਕੀ ਆ ਮੈਂ ਦੇਖ ਰਹੀ ਆ ਪਨੀਰ ਵੀ ਹੈਗਾ ਹਾਂਜੀ ਪਨੀਰ ਵੀ ਹੈ ਤੇ ਫਿਰ ਪਨੀਰ ਤੁਸੀਂ ਕਿਸ ਤਰ੍ਹਾਂ ਕੱਟਣਾ ਹੈਗਾ ਕਿਊਬਸ ਦੇ ਵਿੱਚ ਹੀ ਹਾਂਜੀ ਇਹਨੂੰ ਕਿਊਬਸ ਵਿੱਚ ਕੱਟਣਾ ਠੀਕ ਹੈ ਤੇ ਇਹ ਮੋਗੋ ਵੇ ਹਾਂ ਹਾਂ ਮੋਗੋ ਇਹਦੇ ਵਿੱਚ ਹੀ ਪਾਉਣਾ ਹੈ ਹਾਂਜੀ ਹਾਂਜੀ ਆਲ ਰਾਈਟ ਅੱਛਾ ਕਸਾਵਾ ਵੀ ਕਹਿੰਦੇ ਨੇ ਇੰਗਲਿਸ਼ ਵਿੱਚ ਆਈ ਥਿੰਕ ਕਸਾਵਾ ਕਹਿੰਦੇ ਨੇ ਹਾਂ ਹਾਂ ਇਹ ਮੋਗੋ ਇਹ ਅਫਰੀਕਾ ਵਿੱਚ ਜ਼ਿਆਦਾ ਤੱਕ ਹੁੰਦਾ ਹੈ ਆਪਾਂ ਇੰਡੀਆ 'ਚ ਕਦੀ ਦੇਖਿਆ ਨਹੀਂ ਹੈ ਮੈਂ ਵੀ ਇੱਧਰ ਹੀ ਆ ਕੇ ਦੇਖਿਆ ਤੇ ਇਹ ਆਪਾਂ ਬਸ ਆਪਣੀਆਂ ਇਹੀਓ ਚੀਜ਼ਾਂ ਨੇ ਨਾ ਮੇਨ ਇਨਗਰੀਡੀਐਂਟ ਸਾਡੇ ਆ ਅੱਛਾ ਇਹ ਹੈ ਕਿ ਹਾਂਜੀ ਹਾਂਜੀ ਤੇ ਤੁਸੀਂ ਫਿਰ ਮਸਾਲੇ ਕਿਹੜੇ ਯੂਜ਼ ਕਰਦੇ ਆ ਹਾਂਜੀ ਇਹਦੇ ਵਿੱਚ ਅਸੀਂ ਕਰਨਾ ਹੈ ਕਿ ਪੈਪਟਿਕਾ ਪਾਊਡਰ ਇਹ ਕੌੜਾ ਨਹੀਂ ਹੁੰਦਾ ਹਾਂ ਹਾਂ ਇਹਦੇ ਬਿਲਕੁਲ ਮਾਈਲਡ ਜਿਹਾ ਹੁੰਦਾ ਹੈ ਇੰਨਾ ਕਲਰ ਵਾਸਤੇ ਯੂਜ਼ ਕਰ ਰਹੇ ਹਾਂ ਅੱਛਾ ਜੀ ਹਾਂਜੀ ਇਹ ਸਾਲਟ ਹੈ ਇਹਨੂੰ ਇੱਕ ਹਾਫ ਸਪੂਨ ਯੂਜ਼ ਕਰਾਂਗੇ ਹਾਂਜੀ ਜ਼ਿਆਦਾ ਵੀ ਕਰ ਸਕਦੇ ਹਾਂ ਇਹਨੂੰ ਕਿਉਂਕਿ ਸਿਰਫ ਕਲਰ ਕਰਨਾ ਹੈ ਹਾਂ ਨਹੀਂ ਟੇਸਟਲੀ ਨਹੀਂ ਇਹਨੂੰ ਕਲਰ ਵਾਸਤੇ ਵੀ ਅੱਛਾ ਜੀ ਇਹ ਕਲਰ ਵਾਸਤੇ ਸਿਰਫ ਠੀਕ ਹੈ ਤੇ ਇਹਨੂੰ ਅਸੀਂ 1 1/2 ਸਪੂਨ ਯੂਜ਼ ਕਰਾਂਗੇ ਕਿਉਂਕਿ ਆਪਾਂ ਕੋ ਕਾਫੀ ਕੁਛ ਹੈਗਾ ਤੇ ਇਹਦੇ ਵਿੱਚ 1 1/2 ਸਪੂਨ ਰੈੱਡ ਚਿੱਲੀ ਪਾਊਡਰ ਕਹਿੰਦੇ ਆ ਪੈਪਰਿਕਾ ਪਾਊਡਰ ਹਾਂਜੀ ਤੇ 1 1/2 ਸਪੂਨ ਸਾਲਟ ਹਾਂਜੀ ਤੇ ਅਗਰ ਤੁਸੀਂ ਤੇਜ਼ ਖਾਂਦੇ ਹੋ ਤੇ ਹੋਰ ਪਾ ਸਕਦੇ ਹੋ ਘੱਟ ਖਾਂਦੇ ਹੋ ਘੱਟ ਵੀ ਪਾ ਸਕਦੇ ਹੋ ਹਾਂਜੀ ਤੇ ਇਹਦੇ ਚ ਪਾਣਾ ਹੈ ਅਸੀਂ ਸਾਬਤ ਧਨੀਆ ਹਾਂਜੀ ਤੇ ਇਹ ਥੋੜਾ ਮੈਂ ਪੀਸ ਕੇ ਰੱਖਿਆ ਹੈ ਅੱਛਾ ਜੀ ਤੇ ਇਹਦੇ ਵਿੱਚ ਪਾਣਾ ਹੈ ਅਮਚੂਰ ਪਾਊਡਰ ਇਹ ਅਮਚੂਰ ਪਾਊਡਰ ਅਸੀਂ ਹਾਂਜੀ 1 ਸਪੂਨ ਅਮਚੂਰ ਪਾਊਡਰ ਪਾਣਾ ਹੈ ਤੇ ਧਨੀਆ ਜਿਹੜਾ ਹੈਗਾ ਸੁੱਕਾ ਧਨੀਆ 1/2 ਸਪੂਨ ਹਾਂਜੀ ਕਾਲੀ ਮਿਰਚਾਂ 1/2 ਸਪੂਨ ਇਹ ਹੈਗਾ ਅਚਾਰੀ ਮਸਾਲਾ ਅੱਛਾ ਇਹ ਵੀ ਵਿੱਚ ਪਾਉਣਾ ਹਾਂਜੀ ਇਹ ਜ਼ਰੂਰੀ ਹੈਗਾ ਇਹਦੇ ਨਾਲ ਟੇਸਟ ਡਿਫਰੈਂਟ ਹੋ ਜਾਂਦਾ ਹੈ ਟੇਸਟ ਵਧੀਆ ਆ ਜਾਂਦਾ ਹਾਂਜੀ ਠੀਕ ਆ ਕਿਉਂਕਿ ਮੈਂ ਜੋ ਖਾਦੇ ਨਾ ਸਿਜ਼ਲਰ ਰੈਸਟੋਰੈਂਟ ਵਿੱਚ ਲੇਕਿਨ ਉਹਨਾਂ ਦਾ ਡਿਫਰੈਂਟ ਹੈ ਲੇਕਿਨ ਮੈਂ ਕੁਝ ਡਿਫਰੈਂਟ ਕਰਨਾ ਚਾਹੁੰਦੀ ਸੀ ਹਾਂਜੀ ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਇਹ ਸਿਜ਼ਲਰ ਬਣਾਇਆ ਨਾ ਤੇ ਮੇਰੇ ਜੋ ਗ੍ਰੈਂਡਸਨ ਨੇ ਨਾ ਉਹਨੇ ਮੈਨੂੰ ਕਿਹਾ ਸੀ ਨਾਨੀ ਇਹ ਤਾਂ ਰੈਸਟੋਰੈਂਟ ਨਾਲ ਵੀ ਜ਼ਿਆਦਾ ਨਾਈਸ ਵਧੀਆ ਚਲੋ ਠੀਕ ਹੈ ਤਾਂ ਮੇਰਾ ਕੌਨਫੀਡੈਂਟ ਵਧਿਆ ਇਹਨੂੰ ਬਣਾਉਣ ਦਾ ਤੇ ਹੋਰ ਮੈਂ ਦੇਖਿਆ ਆ ਵੀ ਹੈ ਤੁਹਾਡੇ ਪਾਸ ਇਹ ਉਹ ਹਾਂਜੀ ਇਹ ਗਰਮ ਮਸਾਲਾ ਹੈ ਗਰਮ ਮਸਾਲਾ ਪਿੰਚ ਆਫ ਪਾਣੇ ਜ਼ਿਆਦਾ ਥੋੜਾ ਫਲੇਵਰ ਕਰਨ ਨੂੰ ਮਤਲਬ ਇੰਡੀਅਨ ਟੱਚ ਕਰ ਦੇਣ ਨੂੰ ਉਹਨੂੰ ਪਾਣਾ ਹੈ ਪਰ ਅਦਰਵਾਈਜ਼ ਉਹ ਅਵੋਇਡ ਵੀ ਕਰ ਸਕਦੇ ਹੋ ਇਹ ਹਿੰਗ ਹੈ ਜੋ ਕਿ ਮੈਂ ਹਰ ਇੱਕ ਜ਼ਰੂਰੀ ਹੈਗੀ ਹਿੰਗ ਵਰਤਣ ਨਹੀਂ ਜ਼ਰੂਰੀ ਨਹੀਂ ਹੈ ਬਿਕੋਜ਼ ਆ ਹਿੰਗ ਕਹਿੰਦੇ ਮੈਨੂੰ ਇਦਾਂ ਲੱਗਦਾ ਜਿੱਦਾਂ ਕੋਈ ਡਰੱਗ ਹੁੰਦੀ ਆ ਨਹੀਂ ਜੀ ਇਹ ਬਹੁਤ ਹੈਲਥ ਵਾਸਤੇ ਬਹੁਤ ਅੱਛੀ ਹੈ ਹਾਂਜੀ ਤੇ ਮੈਂ ਤਕਰੀਬਨ ਹਰ ਇੱਕ ਚੀਜ਼ ਵਿੱਚ ਮੈਨੂੰ ਪਾਣੀ ਜ਼ਰੂਰ ਆ ਜ਼ਰੂਰ ਪਾਉਂਦੇ ਅੱਛਾ ਇਹ ਹੈਲਥ ਵਾਸਤੇ ਚੰਗੇ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਵਾਈ ਬਾਦੀ ਬੜੀ ਹੋ ਜਾਂਦੀ ਹੈ ਤੇ ਨਾਲੇ ਠੰਡਾ ਮੁਲਕ ਹੈ ਇਹਦੇ ਵਾਸਤੇ ਬਹੁਤ ਹੀ ਚੰਗੀ ਹੈ ਮੈਂ ਇਹ ਵੀ ਦੇਖਿਆ ਇੱਕ ਵਾਰ ਮੇਰੀ ਫਰੈਂਡ ਮੈਨੂੰ ਖਾਣਾ ਬਣਾ ਕੇ ਦਿੰਦੇ ਹੁੰਦੇ ਸੀ ਉਹ ਜ਼ਰੂਰ ਇਹ ਯੂਜ਼ ਕਰਦੇ ਸੀਗੇ ਹਾਂਜੀ ਤੇ ਮੇਰੀ ਹਾਰਟ ਬੀਟ ਫਾਸਟ ਹੋ ਗਈ ਸੀ ਰੀਅਲੀ ਯਾ ਮੇਰੇ ਬਰਨ ਇਨ ਵੀ ਹੋਣ ਲੱਗ ਗਈ ਜਿਸ ਵੇਲੇ ਮੈਂ ਉਹਨੂੰ ਦੱਸਿਆ ਇਹ ਗੱਲ ਕਿਉਂਕਿ ਅਸੀਂ ਕੰਮ ਤੇ ਬਜ਼ੁਰਗਾਂ ਨਾਲ ਕੰਮ ਕਰਦੇ ਸੀ ਉੱਥੇ ਵਰਤਦੇ ਹੁੰਦੇ ਸੀ ਫਿਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਕੋਈ ਚੀਜ਼ ਪਾ ਰਹੇ ਆ ਜਿਹਦੇ ਨਾਲ ਮੈਨੂੰ ਇਸ ਤਰ੍ਹਾਂ ਫੀਲ ਇਨ ਹੋ ਰਹੀ ਆ ਤੇ ਫਿਰ ਉਹਨੇ ਮੈਨੂੰ ਦੱਸਿਆ ਕਿਹੜੇ ਨਵਾਂ ਮਸਾਲਾ ਹੋ ਯੂਜ਼ ਕਰ ਵੈਸੇ ਇਹ ਗਰਮ ਹੁੰਦੀ ਹੈ ਹਾਂ ਫਿਰ ਇਸ ਕਰਕੇ ਹਾਂ ਜੋ ਪ੍ਰੈਗਨੈਂਟ ਲੇਡੀ ਹੁੰਦੀ ਹੈ ਉਦੋਂ ਅਸੀਂ ਕੁਕਿੰਗ ਕਰੀਏ ਬਿਲਕੁਲ ਅਵੋਇਡ ਕਰਨਾ ਪੈਂਦਾ ਹਾਂ ਫਿਰ ਇਸ ਤਰ੍ਹਾਂ ਹਾਂਜੀ ਫਿਰ ਹੈਗਾ ਹਨਾ ਫਿਰ ਹੋ ਸਕਦਾ ਜਿੱਦਾਂ ਇਹਦਾ ਫਿਰ ਉਸ ਹਿਸਾਬ ਨਾਲ ਯੂਜ਼ ਕਰਨਾ ਚਾਹੀਦਾ ਜਿਹੜਾ ਹੈਲਥ ਵਾਸਤੇ ਠੀਕ ਹੋਵੇ ਬਿਲਕੁਲ ਅਸੀਂ ਘਰ ਚ ਬਣਾਉਂਦੇ ਆ ਨਾ ਸਾਡੇ ਸਾਰਿਆਂ ਨੂੰ ਸੂਟ ਕਰਦਾ ਹੈ ਲੇਕਿਨ ਜਦੋਂ ਵੀ ਮੇਰੀ ਡਾਟਰ ਇਨ ਲਾ ਦੇ ਬੇਬੀ ਹੋਣ ਵਾਲਾ ਸੀ ਤਾਂ ਅਸੀਂ ਇਹ ਪੰਦੇ ਨਹੀਂ ਸੀ ਕਿਉਂਕਿ ਉਹਦੇ ਵਾਸਤੇ ਠੀਕ ਨਹੀਂ ਸੀ ਬਸ ਵੈਰੀ ਗੁੱਡ ਪੁਆਇੰਟ ਹਾਂਜੀ ਤਾਂ ਫਿਰ ਅਸੀਂ ਅੱਛਾ ਜੀ ਹੁਣ ਆਪਾਂ ਅੱਗੇ ਵਧੀਏ ਤੇ ਤੁਹਾਡੇ ਮਸਾਲੇ ਹੋ ਗਏ ਜਿਹੜੇ ਤੁਸੀਂ ਆਮ ਯੂਜ਼ ਕਰ ਰਹੇ ਹੋ ਸਿਸਲੇ ਦੇ ਵਿੱਚ ਤੇ ਹੁਣ ਅਸੀਂ ਇਹ ਜਿਹੜਾ ਮੋਗੋ ਵੇ ਇਹਨੂੰ ਬੋਇਲ ਕਰਨਾ ਮੈਂ ਇਹ ਚਾਹੁੰਦੀ ਸੀਗੀ ਪੁੱਛਣਾ ਹਾਂਜੀ ਆ ਮੈਂ ਮੋਗੋ ਨਹੀਂ ਦੇਖਿਆ ਸਿਸਲੇ ਦੇ ਵਿੱਚ ਸੈਪਰੇਟ ਚੀਜ਼ ਤੇ ਇਹ ਜਾਨੀ ਕਿ ਅਸ ਸਾਈਡ ਡਿਸ਼ ਤੁਸੀਂ ਖਾ ਸਕਦੇ ਆ ਹਨਾ ਔਰ ਸਟਾਰਟਰ ਖਾ ਸਕਦੇ ਤੁਸੀਂ ਇਹ ਮਿਕਸ ਕਿਉਂ ਕਰ ਰਹੇ ਆ
ਇਹ ਮਿਕਸ ਜਿਵੇਂ ਉਹਦੇ ਵਿੱਚ ਕਾਫੀ ਕੁਝ ਸੀਜ਼ਨਲ ਵਿੱਚ ਕਾਫੀ ਕੁਝ ਮਿਕਸ ਪੈਂਦਾ ਹੈ ਮੈਂ ਤੇ ਆਹੀ ਦੋ ਚੀਜ਼ਾਂ ਦੇਖੀਆਂ ਮੈਂ ਆਲੂ ਨਹੀਂ ਮੈਂ ਆਲੂ ਦੇਖੇ ਨਾ ਆਲੂ ਪਾਏ ਅੱਛਾ ਆਲੂ ਨਹੀਂ ਦੇਖੇ ਮੈਂ ਆਲੂ ਮਤਲਬ ਕਿ ਕਈਆਂ ਨੂੰ ਨਹੀਂ ਵੀ ਠੀਕ ਹੁੰਦੇ ਜਿਵੇਂ ਡਾਇਬੀਟੀ ਵਾਲਿਆਂ ਵਾਸਤੇ ਆਲੂ ਨਹੀਂ ਹੈ ਹਾਂਜੀ ਲੇਕਿਨ ਕਹਿੰਦੇ ਇਹ ਡਾਇਬੀਟੀ ਵਾਸਤੇ ਮੋਗੋ ਹੀ ਨਾ ਬਹੁਤ ਹੀ ਚੰਗਾ ਹੈ ਲੇਕਿਨ ਇਹ ਮੈਂ ਪਹਿਲੇ ਲੈ ਕੇ ਆਈ ਸੀ ਸਾਬਤ ਜਿਹੜਾ ਪੂਰਾ ਨਾ ਹਾਂਜੀ ਉਹ ਮੈਂ ਕੱਟ ਕਰਕੇ ਰੱਖਿਆ ਸੀ ਮੇਰੇ ਬੱਚਿਆਂ ਨੇ ਪਹਿਲੀ ਵਾਰ ਦੇਖਿਆ ਸੀ ਉਹਨਾਂ ਨੇ ਕਿ ਪਤਾ ਨਹੀਂ ਕੀ ਉਹਨੇ ਬਿੰਨੀ ਚ ਪਾ ਦਿੱਤਾ ਫਿਰ ਉਹਨਾਂ ਨੇ ਪਤਾ ਨਹੀਂ ਮੰਮੀ ਨੇ ਕੀ ਰੱਖਿਆ ਲੇਕਿਨ ਹੁਣ ਮੈਂ ਫਿਰ ਫਰੋਜ਼ਨ ਹੀ ਗਿਨੇ ਅੱਛਾ ਜੀ ਹਾਂਜੀ ਫਿਰ ਮੇਰੇ ਕੋ ਉਹ ਹੈ ਨਹੀਂ ਸੀ ਫਿਰ ਮੈਂ ਕਿਹਾ ਫਰੋਜ਼ਨ ਐਸ ਮੁਲਕ ਦੇ ਵਿੱਚ ਤੇ ਮੈਂ ਫਰੋਜ਼ਨ ਹੀ ਦੇਖਿਆ ਹਾਂਜੀ ਫਰੋਜ਼ਨ ਮੋਗੋ ਚਿਪਸ ਹੈ ਮੈਨੂੰ ਤੇ ਆਪ ਨਹੀਂ ਪਤਾ ਹੋਣਾ ਇਹਦੀ ਸ਼ਕਲ ਕਿਸ ਤਰ੍ਹਾਂ ਦੀ ਹੈਗੀ ਆ ਮੈਂ ਕੋਈ ਗੱਲ ਨਹੀਂ ਅਗਲੇ ਪ੍ਰੋਗਰਾਮ ਵਿੱਚ ਕੋਈ ਸਬਜ਼ੀ ਬਣਾ ਕੇ ਦੀ ਹਾਂਜੀ ਚਲੋ ਹੁਣ ਆਪਾਂ ਹਾਂਜੀ ਪਨੀਰ ਵੀ ਪਿਆ ਹੈਗਾ ਇਹਦੇ ਦਿਖਾ ਲੂੰ ਕਿ ਕਿਸ ਤਰ੍ਹਾਂ ਦੇ ਪੀਸਿਸ ਉਹ ਕਿੱਡੇ ਕਿੱਡੇ ਰੱਖਣੇ ਆ ਹਾਂਜੀ ਬਿਲਕੁਲ ਜੀ ਬਿਲਕੁਲ ਇਹਨੂੰ ਥੋੜੇ ਮੋਟੇ ਪੀਸਿਸ ਰੱਖੀਏ ਨਾ ਛੋਟੇ ਛੋਟੇ ਨਹੀਂ ਰੱਖਣੇ ਦਿਸਨੇ ਚਾਹੀਦੇ ਨਾ ਆਲ ਰਾਈਟ ਇਹਨੇ ਇਹਦੇ ਚਾਰ ਕਰ ਲੈਣੇ ਆਪਾਂ ਇਹਦੇ ਚਾਰ ਕੀ ਸਪੰਗਰ ਕੱਟਣੇ ਆ ਹਨਾ ਹਾਂਜੀ ਨਹੀਂ ਜਿਵੇਂ ਆਪਾਂ ਮੋਟੀਆਂ ਮੋਟੀਆਂ ਸ਼ਿਮਲਾ ਮਿਰਚਾਂ ਕੱਟੀਆਂ ਹਾਂਜੀ ਇਹਨੂੰ ਵੀ ਮੋਟਾ ਮੋਟਾ ਕੱਟਾਂਗੇ ਤੇ ਫਿਰ ਨਾਈਸ ਲੱਗਦਾ ਹਨਾ ਇਹਦੇ ਚਾਰ ਪੀਸ ਕਰਨੇ ਜਿਵੇਂ ਸਾਨੂੰ ਕਿਊਬ ਮਿਲਦਾ ਹੈ ਨਾ ਬਣਿਆ ਹੋਇਆ ਹਾਂਜੀ ਹਾਂਜੀ ਤੇ ਵੈਸੇ ਸਾਰੇ ਜਾਣਦੇ ਹੀ ਇਹ ਪਨੀਰ ਆਪਾਂ ਘਰ ਕੱਢਨੇ ਹੁੰਨੇ ਆ ਜ਼ਿਆਦਾ ਤੱਕ ਨਾ ਹਾਂਜੀ ਉਹ ਵੀ ਕਿਸੇ ਦਿਨ ਖਾ ਲਾਂਗੇ ਕਿਸ ਤਰ੍ਹਾਂ ਆਪਣੇ ਘਰ ਵਾਲਾ ਜਿਹੜਾ ਪਨੀਰ ਹੁੰਦਾ ਕਿੱਦਾਂ ਬਣਾਈਦਾ ਕਿਉਂਕਿ ਸਾਰਿਆਂ ਦਾ ਉਹ ਜਿਹੜੀ ਚੀਜ਼ ਜਿਸ ਵੇਲੇ ਉਹ ਫੁੱਟਦਾ ਆ ਕੋਈ ਲੈਮਨ ਪਾਉਂਦਾ ਹੈਗਾ ਕੋਈ ਵਿਨੀਗਰ ਪਾਉਂਦਾ ਵੱਖਰੀ ਵੱਖਰੀ ਗੱਲ ਉਹਦੇ ਵਿੱਚ ਵੀ ਪਾਉਂਦੇ ਆ ਹਨਾ ਗੱਲ ਹੈਗੀ ਫਟਾਨ ਦੀ ਹਾਂ ਹਾਂ ਅਗਰ ਫਟਾਨਾ ਹੈ ਵਿਨੀਗਰ ਦੇ ਨਾਲ ਕਈ ਦੂਸਰਾ ਵੀ ਪਾ ਲੈਂਦੇ ਆ ਦਹੀਂ ਹੋਰ ਵਿੱਚ ਪਾ ਲੈਂਦੇ ਫਟਾਉਣ ਵਾਸਤੇ ਦਹੀਂ ਨਾ ਇੰਨਾ ਵਧੀਆ ਨਹੀਂ ਨਿਕਲਦਾ ਪਨੀਰ ਹਾਂ ਦਹੀਂ ਨਾ ਇਹਨੂੰ ਕਿਸੇ ਨੇ ਕਿਹਾ ਸੀ ਮੈਂ ਟਰਾਈ ਕੀਤੀ ਸੀ ਹਾਂਜੀ ਇੰਨਾ ਵਧੀਆ ਦਹੀਂ ਨਾਲ ਨਹੀਂ ਹੋਇਆ ਸੀ ਨਾ ਅੱਛਾ ਤੁਹਾਡੇ ਖਿਆਲ ਦੇ ਵਿੱਚ ਜਾਨੀ ਕਿ ਦਹੀਂ ਦੇ ਨਾਲ ਨਹੀਂ ਠੀਕ ਬਣਦਾ ਡਿਪੈਂਡ ਹੁੰਦਾ ਹੁਣ ਉਹਦੀ ਖਟਿਆਈ ਕਿੰਨੀ ਕੀ ਆ ਹੋ ਸਕਦਾ ਪਰ ਮੈਨੂੰ ਉਹ ਠੀਕ ਨਹੀਂ ਲੱਗਾ ਮੈਂ ਤਾਂ ਵੈਸੇ ਵੀ ਵਿਨੀਗਰ ਪਾਵਾਂ ਜਾਂ ਕੁਝ ਵੀ ਪਾਵਾਂ ਪਨੀਰ ਕੱਢ ਕੇ ਫਿਰ ਬਾਅਦ ਵਿੱਚ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਦੀ ਠੰਡੇ ਪਾਣੀ ਨਾਲ ਅੱਛਾ ਕਿ ਉਹਦਾ ਅਗਰ ਤੁਸੀਂ ਵਾਸ਼ ਨਹੀਂ ਕਰਦੇ ਹੋ ਨਾ ਤੇ ਫਿਰ ਉਹਦਾ ਫਲੇਵਰ ਆਂਦਾ ਹੈ ਵਿਨੀਗਰ ਦਾ ਫਲੇਵਰ ਹੋ ਗਿਆ ਲੈਮਨ ਦਾ ਫਲੇਵਰ ਹੋ ਗਿਆ ਜੋ ਵੀ ਤੁਸੀਂ ਫਟਾਨਾ ਹਾਂਜੀ ਇਹ ਮੈਂ ਵੀ ਦੇਖਿਆ ਹੈਗਾ ਤੇ ਫਿਰ ਤੁਹਾਨੂੰ ਚੰਗੀ ਤਰ੍ਹਾਂ ਧੋਣਾ ਪੈਂਦਾ ਚੰਗੀ ਤਰ੍ਹਾਂ ਧੋਣਾ ਪੈਂਦਾ ਹਾਂਜੀ ਵਿੱਚੋਂ ਕੱਢਣ ਕਈ ਵਿਨੀਗਰ ਪਾ ਲੈਂਦੇ ਵਿਨੀਗਰ ਦਾ ਮੈਨੂੰ ਅਸਲ ਜਿਹਾ ਟੇਸਟ ਆਉਂਦਾ ਹੁੰਦਾ ਨਹੀਂ ਥੱਲੇ ਲੈਮਨ ਦਾ ਨੈਚੁਰਲ ਹੁੰਦਾ ਨਹੀਂ ਟੇਸਟ ਬਿਲਕੁਲ ਵਿਨੀਗਰ ਤੁਸੀਂ ਪਾਉਂਦੇ ਹੋ ਨਾ ਗੱਲ ਐਵੇਂ ਕਿ ਤੁਸੀਂ ਦੇਖੋ ਕਿ ਪਾ ਕੇ ਉਸ ਤੋਂ ਬਾਅਦ ਧੁੰਦੇ ਹੋ ਚੰਗੀ ਤਰ੍ਹਾਂ ਕਿ ਨਹੀਂ ਅੱਛਾ ਇੱਥੇ ਪੈ ਜਾਂਦਾ ਹਾਂਜੀ ਮੇਰੀ ਡੋਟਰੇ ਉਹਨੇ ਪਨੀਰ ਕੱਢਿਆ ਸੀ ਨਾ ਸਾਰਾ ਬਣਾਇਆ ਦੁੱਧ ਤੋਂ ਹਾਂਜੀ ਤੇ ਫਿਰ ਮੈਨੂੰ ਕਹਿੰਦੀ ਮਮ ਇਹ ਚ ਤਾਂ ਵਿਨੀਗਰ ਦੀ ਸਮੈਲ ਬਹੁਤ ਆ ਰਹੀ ਹੈ ਲੇਕਿਨ ਤੁਸੀਂ ਬਣਾਉਂਦੇ ਹੋ ਚੰਗੀ ਤਰ੍ਹਾਂ ਵਾਸ਼ ਨਹੀਂ ਕੀਤਾ ਚੰਗੀ ਤਰ੍ਹਾਂ ਤੁਸੀਂ ਬਣਾਉਂਦੇ ਹੋ ਤਾਂ ਆਂਦੀ ਨਹੀਂ ਹੈ ਫਿਰ ਮੈਂ ਉਹਨੂੰ ਪੁੱਛਿਆ ਕਿ ਮੈਂ ਵਾਸ਼ ਨਹੀਂ ਕੀਤਾ ਨਾ ਅੱਛਾ ਜੀ ਫਿਰ ਮੈਂ ਕਹਿੰਦਾ ਹਾਂਜੀ ਹੁਣ ਆਪਣਾ ਪਨੀਰ ਦੇਖੋ ਇਸ ਤਰ੍ਹਾਂ ਦੇ ਕਿਊਬ ਇੰਨੇ ਇੰਨੇ ਦੇ ਕਿਊਬ ਹੋਣੇ ਚਾਹੀਦੇ ਤੇ ਵੈਸੇ ਤੁਹਾਡੀ ਮਰਜ਼ੀ ਇਸ ਕੋਈ ਇਹ ਗੱਲ ਨਹੀਂ ਹੈ ਕਿ ਵੱਡੇ ਚਾਹੀਦੇ ਨੇ ਜਾਂ ਛੋਟੇ ਆਪਣੀ ਮਰਜ਼ੀ ਆਪਣੀ ਪ੍ਰੈਫਰੈਂਸ ਹੈ ਹਨਾ ਹਾਂਜੀ ਠੀਕ ਹੈ ਜੀ ਤੇ ਇਹ ਟਮਾਟਰ ਵੀ ਪਏ ਆ ਇਹ ਨਹੀਂ ਤੁਸੀਂ ਹੱਲੇ ਕੱਟੇ ਇਹ ਕਾਦ ਕੱਟਨੇ ਆ ਇਹ ਟਮਾਟਰ ਆਪਾਂ ਕਿਸੇ ਚੀਜ਼ ਵਿੱਚ ਨਹੀਂ ਪਾਣੇ ਅੱਛਾ ਵੈਸੇ ਇਹਨੂੰ ਤੁਹਾਨੂੰ ਐਂਡ ਤੇ ਦਾ ਸਰਪ੍ਰਾਈਜ਼ ਹੋਏਗਾ ਓ ਓਕੇ ਠੀਕ ਹੈ ਇਹ ਫਿਰ ਇਦਾਂ ਹੀ ਪਏ ਰਹਿੰਦੇ ਨੇ ਹਾਂਜੀ ਹਾਂਜੀ ਇਦਾਂ ਹੀ ਪਏ ਰਹਿੰਦੇ ਨੇ ਤੇ ਹੁਣ ਆਪਾਂ ਇੱਕ ਪਾਸੇ ਆਪਾਂ ਮੋਗੋ ਇਹਨੂੰ ਬੋਇਲ ਕਰਨੇ ਆ ਹਾਂਜੀ ਤੇ ਆਪਣਾ ਪਨੀਰ ਕੱਟਿਆ ਗਿਆ ਆਪਣਾ ਸਾਰਾ ਸਮਾਨ ਰੈਡੀ ਹੈ ਤੁਹਾਨੂੰ ਆਪਾਂ ਗੈਸ ਵਾਲ ਚ ਤੇ ਜਿਹੜਾ ਮੋਗੋ ਆ ਕਈ ਫਰਾਈ ਵੀ ਕਰ ਲੈਂਦੇ ਆ ਜ਼ਰੂਰੀ ਹੈਗਾ ਆਪਾਂ ਬੋਇਲ ਕਰਨਾ ਜੋ ਫਰਾਈ ਕਰਦੇ ਹੋ ਨਾ ਉਹ ਹਾਰਡ ਹੋ ਜਾਂਦਾ ਕਦੇ ਤੁਸੀਂ ਟਰਾਈ ਕਰਿਓ ਅੱਛਾ ਹਾਂਜੀ ਉਹ ਹਾਰਡ ਹੁੰਦਾ ਹੈ ਲੇਕਿਨ ਜੇ ਤੁਸੀਂ ਬੋਇਲ ਕਰਦੇ ਹੋ ਨਾ ਨਾਲੇ ਆਪਾਂ ਇੱਕ ਪਾਸੇ ਕਹਿੰਦੇ ਆ ਹੈਲਦੀ ਖਾਣਾ ਹਾਂਜੀ ਹਾਂਜੀ ਆਪਾਂ ਆਇਲ ਯੂਜ਼ ਕਰਾਂਗੇ ਤੇ ਫਿਰ ਜਾਂ ਉਹੀ ਤੇ ਅਨਹੈਲਥੀ ਹੁੰਦਾ ਠੀਕ ਹੈ ਜੀ ਹਾਂਜੀ ਹਾਂ ਇਹਦੇ ਵਾਸਤੇ ਮੈਂ ਇਹ ਸੋਚਿਆ ਇਹਨੂੰ ਬੋਇਲ ਕਰਾਂਗੇ ਹਾਂਜੀ ਤੇ ਮਤਲਬ ਆਪਾਂ ਨੂੰ ਜੋ ਇਹਦੇ ਤੱਤ ਇਹ ਸਾਰੇ ਮਿਲਣੇ ਚਾਹੀਦੇ ਨੇ ਓਕੇ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਆਪਾਂ ਗੈਸ ਵਾਲ ਚੱਲਨੇ ਆ ਅੱਛਾ ਇਹਨਾਂ ਨੂੰ ਨਾ ਆਪਾਂ ਸ਼ੈਲੋ ਫਰਾਈ ਕਰਨਾ ਰਾਈਟ ਇਹਦਾ ਕਰੰਚ ਨਹੀਂ ਜਾਣਾ ਚਾਹੀਦਾ ਕਰੰਚ ਇਹਦੇ ਵਿੱਚ ਰਹੇ ਥੋੜਾ ਤੇ ਇਹਦਾ ਮਤਲਬ ਪਹਿਲਾਂ ਤੁਸੀਂ ਹਾਂਜੀ ਇਹ ਪਹਿਲੇ ਸ਼ਿਮਲਾ ਮਿਰਚ ਆਪਾਂ ਕਰਨੀ ਹਾਂਜੀ ਉਸ ਤੋਂ ਬਾਅਦ ਫਿਰ ਆਪਾਂ ਪਨੀਰ ਵੱਲ ਹੋਵਾਂਗੇ ਪਨੀਰ ਵੀ ਫਰਾਈ ਕਰਨਾ ਹੈਗਾ ਥੋੜਾ ਜਿਹਾ ਠੀਕ ਹੈ ਜੀ ਥੋੜਾ ਜਿਹਾ ਬਸ ਇਹਨੂੰ ਕਰਨਾ ਹੈ ਠੀਕ ਹੈ ਹਾਂਜੀ ਇਹਨੂੰ ਅਗਰ ਫਰਾਈ ਨਹੀਂ ਕਰਨਾ ਹੋਵੇ ਨਾ ਇਹਨੂੰ ਬੋਇਲ ਵਾਟਰ ਵਿੱਚ ਰੱਖ ਦੋ ਅੱਛਾ ਇਹਦੇ ਅੰਦਰ ਸੌਫਟਨੈਸ ਆ ਜਾਂਦੀ ਹੈ ਠੀਕ ਹੈ ਕਈ ਵਾਰ ਆਪਾਂ ਦੇਖਿਆ ਪਨੀਰ ਕਈਆਂ ਦਾ ਬਹੁਤ ਸੌਫਟ ਹੁੰਦਾ ਆ ਫਿਰ ਇਹੀ ਰੀਜ਼ਨ ਹੁੰਦੇ ਆ ਕਿਉਂਕਿ ਪਾਣੀ ਦੇ ਵਿੱਚ ਡਬੋਇਆ ਹੁੰਦਾ ਹਨਾ ਵਿੱਚ ਨਾ ਬੋਇਲ ਵਾਟਰ ਵਿੱਚ ਰੱਖ ਦਿੰਦੇ ਆ ਇਹ ਮੈਲਟ ਨਹੀਂ ਹੁੰਦਾ ਕਈ ਸੋਚਦੇ ਨੇ ਮੈਲਟ ਹੋ ਜਾਏ ਹਾਂਜੀ ਫਿਰ ਇਹਨੂੰ ਕੁਝ ਨਹੀਂ ਬਟ ਮੈਲਟ ਹੋਣ ਦਾ ਨਹੀਂ ਮੈਂ ਇਹ ਸੋਚਦੀ ਨਹੀਂ ਵਿੱਚ ਪਾਣੀ ਐਬਜ਼ੋਰਬ ਹੋ ਜਾਣਾ ਇਹਦੇ ਵਿੱਚ ਨਹੀਂ ਨਹੀਂ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਠੀਕ ਹੈ ਵਾਟਰਪ੍ਰੂਫ ਹੈ ਦੈਟਸ ਅ ਗੁੱਡ ਪੁਆਇੰਟ ਠੀਕ ਹੈ ਜੀ ਹਾਂਜੀ ਤੇ ਹੁਣ ਆਪਾਂ ਚੱਲੀਏ ਗੈਸ ਵੱਲ ਗੈਸ ਵੱਲ ਚੱਲੋ ਜੀ ਹਾਂਜੀ
हाँ जी आप पैन यूज करिए कॉपर का पैन है। हाँ जी भैन जी हुण तुसी पहला पनीर फ्राई करोगे और मिर्च? पहले असी मिर्चा फ्राई करांगे। अच्छा एदा कोई रीजन है? नहीं इसका रीजन तो कोई नहीं, कुछ भी कर सकते हैं। अच्छा, मैं यूज़ थोड़ी अपनी मर्जी। हाँ जी मेरी अपनी मर्जी है। देखो मैं इदे च हाफ स्पून ऑयल पाया, इदे च बस बस है, इदे च ऑयल नहीं आपा ज्यादा पाना। हाँ जी मैं पैन भी इसी वास्ते रखे है, कॉपर दा पैन है, इदे च कहंदे विदाउट ऑयल भी तुसी कर सकते हो, वरत सकते हो, पर मैं बहुत ही हाफ स्पून ऑयल पाया। एक बहुत गुड पॉइंट है, जेडे आपा बर्तन वरतदे आ हाँ जी ओ अगर राइट टाइप दे होण जदों असी इंडिया होंदे से साडे घर तकरीबन कॉपर दे भांडे होंदे सी, साडे जो साग भी बनना ना तां ओह वी साडे ना ओहनूं देगा कहिंदे सन। अच्छा कॉपर दा हुंदा सी, ओहदे च बनाया करदे सी। बिलकुल जिवें जिवें कड़छी चलाई जाओ नाल वाहिगुरु 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 कहो तो चीज अपने आप ऑटोमेटिकली बहुत टेस्टी है। क्योंकि जब आप अपने परिवार ने बनाने आ असि उन्हां दी तंदुरुस्ती वास्ते भी खाना उस तरह का हैल्थी बनाना हुंदा, पर जिहड़े साडे मम्मी सी जिवें साडी मेरे ते रोल मॉडल मेरे मम्मी सन। हां जी मम्मी जिस वेले कुछ भी काम करदे हुंदे सी ओह वाहिगुरु अपने हिरदे दे विच उन्हां दा चलदा ही रहिंदा हुंदा सी, ते ओह इन्नियां मसाले वगैरह नहीं यूज करदे सी। हां जी पर उन्हां दे वर्गी कोई चीज टेस्टी दाल सब्जी नहीं होनी, पर की सी वाहिगुरु दा नाम। वाहिगुरु दा नाम मैनूं याद है, साडे ना दिवाली दे उत्ते ना बहुत कुछ घर बनाया जांदा सी। हां हां ते मेरी मम ने ना गचक बना रहे सी। अच्छा तो गचक सी ते पता नहीं जदों मम्मी ने ओदे च समान पाए ना जो गुड़ दा चासनी बना के ओह चंगी तरह होई नहीं, पता नहीं मम्मी ने कित्थे ध्यान होर पासे सी। हां जी फिर ओह चंगी तरह मम्मी नूं पता लग गया होया नहीं, ते मम्मी ने ना फिर बस मम्मी ने करता हुण तां खराब हो जाणा सारा, इन्ना समान पाता है, बहुत वड्डी कढ़ाई सी जिहदे च उन्हां पाया। अच्छा हां जी ਤੇ ਮੰਮੀ ਸਾਡੀ ਕਰਨ ਲੱਗੀ ਵਾਹਿਗੁਰੂ ਵਾਹਿਗੁਰੂ ਜੀ ਚੰਗੀ ਬਣਾ ਦਿਓ ਵਾਹਿਗੁਰੂ ਜੀ ਚੰਗੀ ਬੋਲਣ ਲੱਗ ਗਿਆ ਉਸ ਦੇ ਨਾਲ ਮੈਨੂੰ ਵਾੜ ਯਾਦ ਹੈ ਨਾ ਮੰਮੀ ਕਹਿੰਦੇ ਬਾਬਾ ਜੀ ਚੰਗੀ ਬਣਾ ਦਿਓ ਵਾਹਿਗੁਰੂ ਜੀ ਚੰਗੀ ਬਣਾ ਦਿਓ ਤੇ ਮੈਂ ਕਿ ਮੰਮੀ ਇੱਥੇ ਵੀ ਵਾਹਿਗੁਰੂ ਆ ਕੇ ਆਪ ਕੰਮ ਕਰੇ ਤੇ ਵਾਕਈ ਉਹ ਬਹੁਤ ਹੀ ਸਭਾ ਪਹਿਲੇ ਨਾਲੋਂ ਵੀ ਜ਼ਿਆਦਾ ਵਧੀਆ ਬਣੀ ਤੇ ਸਭਾ ਫਲੇਵਰ ਹੀ ਚੇਂਜ ਹੋ ਗਿਆ। ਹਾਂ ਫਲੇਵਰ ਚੇਂਜ ਹੋ ਜਾਂਦਾ ਕਿਉਂਕਿ ਬਾਣੀ ਦੇ ਨਾਲ ਤਾਂ ਜੀਵਨ ਚੇਂਜ ਹੋ ਜਾਂਦਾ ਸਾਡਾ ਨਾ। ਦੇਖੋ ਮੈਂ ਇੱਕ ਕੱਲ ਪ੍ਰੋਗਰਾਮ ਦੇਖ ਰਹੀ ਸੀ, ਉਹ ਕਹਿੰਦੇ ਤੁਸੀਂ ਕਿੱਥੇ ਰੱਬ ਨੂੰ ਸੋਚਿਆ ਆ, ਅਸੀਂ ਕਹਿੰਦੇ ਆ ਰੱਬ ਸਾਰਿਆਂ ਦੇ ਵਿੱਚ ਆ ਤੇ ਫਿਰ ਅਸੀਂ ਨਫ਼ਰਤ ਕਿਉਂ ਕਰਦੇ ਆ? ਜੇ ਅਸੀਂ ਨਫ਼ਰਤ ਕਰਦੇ ਆ ਫਿਰ ਇਹਦਾ ਮਤਲਬ ਤੁਸੀਂ ਉਹ ਉਹਨਾਂ ਦੇ ਵਿੱਚ ਨਹੀਂ ਰੱਬ ਸਮਝਦੇ। ਬਿਲਕੁਲ ਸਮੁੰਦਰ ਦੇ ਵਿੱਚ ਵੀ ਰੱਬ ਆ, ਪਾਣੀ ਦੇ ਵਿੱਚ ਵੀ ਰੱਬ ਆ, 84 ਲੱਖ ਜੂਨਾਂ ਵਿੱਚ ਸਾਰਿਆਂ ਵਿੱਚ ਪਰਮਾਤਮਾ। ਹਾਂਜੀ ਨਹੀਂ ਪਰ ਉਹਨਾਂ ਦਾ ਮਤਲਬ ਬਲੀਵ ਕਰੋ ਸਾਡੇ ਆਪਣੇ ਵਿੱਚ ਵੀ ਰੱਬ ਆ, ਫਿਰ ਉਸ ਹਿਸਾਬ ਨਾਲ ਹਰੇਕ ਕੋਈ ਚੀਜ਼ ਵਰਤੋ। ਹੁਣ ਤੁਸੀਂ ਇਹ ਦੇਖੋ ਆਪਾਂ ਕਹਿੰਦੇ ਹਾਂ ਹਰ ਇੱਕ ਕੋਈ ਕਹਿੰਦਾ ਕਿ ਹਰ ਇੱਕ ਚੀਜ਼ ਕਣ ਕਣ ਵਿੱਚ ਵਾਹਿਗੁਰੂ ਵੱਸਦਾ। ਹਾਂਜੀ ਹਾਂਜੀ ਕਹਿੰਦੇ ਨਾ, ਤੇ ਫਿਰ ਕਹਿੰਦੇ ਨੇ ਜਦੋਂ ਕਣ ਕਣ ਵਿੱਚ ਵਾਹਿਗੁਰੂ ਵੱਸਦਾ ਹੈ ਤੇ ਫਿਰ ਜਾਨਵਰ ਨੂੰ ਮਾਰ ਕੇ ਖਾਂਦੇ ਕਿਉਂ? ਕਿਉਂ ਖਾਂਦੇ ਆ? ਕਿਉਂ ਖਾਂਦੇ ਹੋ? ਤੇ ਇਹ ਸੋਚਣ ਵਾਲੀ ਗੱਲ ਹੈ, ਪਰ ਲੇਕਿਨ ਇਹਦਾ ਮਤਲਬ ਤੁਸੀਂ ਬਲੀਵ ਨਹੀਂ ਕਰਦੇ। ਇਹ ਵੀ ਕਹਿੰਦੇ ਆ ਅਗਰ ਤੁਸੀਂ ਇਹ ਬਲੀਵ ਕਰ ਰਹੇ, ਤੁਸੀਂ ਕਹਿੰਦੇ ਆ ਕਿਸੇ ਕੋਈ ਚੀਜ਼ ਮਾਰ ਕੇ ਨਹੀਂ ਖਾਣੀ। ਹਾਂਜੀ ਤੇ ਜੇ ਇਹ ਹੈਗਾ ਆ ਤੇ ਫਿਰ ਜਿਹੜੇ ਫਲ ਫਰੂਟ ਆ ਅਸੀਂ ਸਬਜ਼ੀਆਂ ਖਾਂਦੀਆਂ ਇਹ ਵੀ ਇੱਕ ਤੱਤ ਆ, ਫਿਰ ਕਿਉਂ ਅਸੀਂ ਇਹਨਾਂ ਇਹ ਉਹ ਕਿਉਂ ਖਾਂਦੇ ਆ? ਮਾਰਕੀਟ ਚ ਆਂਦਾ ਹੈ ਦਰਖਤ ਤੋਂ ਉਤਰਿਆ ਹੁੰਦਾ ਹੈ, ਅਸੀਂ ਕਦੀ ਲਾਇਆ ਨਹੀਂ ਹੁੰਦਾ। ਹਾਂ ਹਾਂ ਤੇ ਉਹ ਦਰਖਤ ਤੋਂ ਉਤਰ ਕੇ ਆਂਦਾ ਇਹ ਜਿਹੜੀ ਨਾ ਕਣਕ ਨਹੀਂ, ਪਰ ਉਹ ਇੱਥੇ ਇਹ ਵੀ ਕਹਿ ਸਕਦੇ ਜਿਹੜਾ ਐਨੀਮਲ ਮਾਰ ਕੇ ਆਉਂਦਾ ਹੈ ਉਹ ਸ਼ੌਪਾਂ ਦੇ ਵਿੱਚ ਪੈਕਿੰਗ ਨਹੀਂ ਕੀਤੀ ਹੁੰਦੀ। ਮਾਰ ਕੇ ਨਹੀਂ ਆਂਦੇ ਐਨੀਮਲ, ਮਾਰ ਕੇ ਨਹੀਂ ਆਂਦੇ, ਮਾਰ ਕੇ ਆਂਦੇ। ਹਾਂ ਮਾਰ ਕੇ ਨਹੀਂ ਆਂਦੇ, ਉਹਨਾਂ ਨੂੰ ਮਾਰਦੇ ਹੁੰਦੇ ਨੇ। ਤੇ ਇਸ ਤਰ੍ਹਾਂ ਨਹੀਂ ਹੈ, ਲੇਕਿਨ ਅੱਛਾ ਡਿਫਰੈਂਸ ਹੈਗਾ। ਹਾਂਜੀ ਡਿਫਰੈਂਟ ਹੈ ਤੇ ਅਸੀਂ ਕਿਸੇ ਨੂੰ ਮਾਰਦੇ ਨਹੀਂ ਆ, ਪਰ ਜੋ ਸਬਜ਼ੀਆਂ ਵੇ ਨਾ ਉਸ ਵਾਹਿਗੁਰੂ ਨੇ ਬਣਾਇਆ ਜੋ ਚੀਜ਼ਾਂ
ਇਹਨਾਂ ਚ ਕੋਈ ਨਹੀਂ ਲਿਖਿਆ ਕਿ ਤੁਸੀਂ ਬਾਣੀ ਪੜ੍ਹ ਲਓ। ਜਾਨਕੀ ਮੈਂ ਇੱਕ ਪੜਿਆ ਸੀ, ਕਹਿੰਦੇ ਜਾਨਕੀ ਜਿਹੜੀਆਂ ਸਬਜ਼ੀਆਂ ਇਹਨਾਂ ਦੇ ਜਿਹੜੇ ਆਪਣੇ ਪੰਜ ਤੱਤ ਹੁੰਦੇ ਆ ਹਨਾ, ਹਾਂਜੀ, ਤੇ ਸਬਜ਼ੀਆਂ ਦੇ ਵਿੱਚ ਤੱਤ ਜਿਹੜੇ ਕੰਮ ਆ, ਮੇਰੇ ਖਿਆਲ ਇੱਕ ਤੱਤ ਆ, ਇਸ ਕਰਕੇ ਸਾਨੂੰ ਸਿੰਨ ਫੇਰ ਵੀ ਹੈਗਾ ਜੇ ਅਸੀਂ ਖਾਂਦੇ, ਪਰ ਉਹ ਮਾਫ਼ ਹੋ ਜਾਂਦਾ ਕਰਕੇ ਉਹ ਇੰਨਾ ਵੱਡਾ ਤੱਤ ਨਹੀਂ ਹੈਗਾ। ਕਿਉਂਕਿ ਅਸੀਂ ਤਾਂ ਇਸ ਚੀਜ਼ ਨੂੰ ਲੈਂਦੇ ਹਾਂ ਜੋ ਬਾਣੀ ਹੈ ਨਾ, ਹਾਂਜੀ, ਬਾਣੀ ਸਾਨੂੰ ਇਹਦਾ ਮੀਟ ਖਾਣ ਬਾਰੇ ਮਨਾ ਕਰਦੀ ਹੈ, ਲੇਕਿਨ ਸਾਨੂੰ ਬਾਣੀ ਦੇ ਕਿੱਥੇ ਵੀ ਨਹੀਂ ਲਿਖਿਆ ਕਿ ਤੁਸੀਂ ਸਬਜ਼ੀਆਂ ਜਾਂ ਇਹ ਚੀਜ਼ਾਂ ਬਾਰੇ ਕੁਝ ਨਹੀਂ ਲਿਖਿਆ। ਹਾਂਜੀ, ਠੀਕ ਹੈ ਜੀ। ਇੱਕ ਚੀਜ਼ ਮਤਲਬ ਸਿਰਫ ਨਾ ਬਾਣੀ 'ਚ ਲਿਖੀ ਸੀ ਕਿ ਨਾ ਜਿਹੜੇ ਲਸਣ ਜਿਹੜੇ ਖਾਂਦੇ ਨੇ, ਕਹਿੰਦੇ ਕੋਨੇ ਬੈਠੇ ਖਾਏ ਕੇ ਪ੍ਰਗਟ ਪਏ ਨਿਦਾਨ। ਮਾਤਵਲ ਬਈ ਮਤਲਬ ਲਸਣ ਜਿਹਨੇ ਖਾਧਾ ਨਾ, ਕੋਨੇ 'ਚ ਵੀ ਬਹਿ ਗਿਆ ਨਾ, ਤੁਹਾਨੂੰ ਪਤਾ ਲੱਗ ਜਾਏਗਾ ਉਹਨੇ ਲਸਣ ਖਾਧਾ, ਸਮੈਲ ਆਉਣੀ ਸ਼ੁਰੂ ਹੋ ਜਾਏਗੀ। ਉਸ ਵਰਡ ਤੋਂ ਕਿਸੇ ਨੇ ਵੀ ਨਾ, ਉਸ ਬਾਣੀ ਦੀ ਤੁਕ ਤੋਂ ਕਿਸੇ, ਕੋਈ ਵੀ ਗੁਰੂ ਘਰਾਂ 'ਚ ਲਸਣ ਨਹੀਂ ਵਰਤਿਆ ਜਾਂਦਾ ਸੀ, ਲੇਕਿਨ ਹੁਣ ਤਾਂ ਵਰਤਦੇ ਆ। ਹਾਂਜੀ, ਹੁਣ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਉੱਥੇ ਵੀ ਤੁਸੀਂ ਦੇਖੋ ਲਸਣ ਵਰਤਦੇ ਹੁੰਦੇ ਨੇ, ਉੱਥੇ ਬਾਹਰ ਬੈਠੇ ਬੀਬੀਆਂ ਛਿਲਦੀਆਂ ਹੁੰਦੀਆਂ ਲਸਣ ਨੂੰ। ਹਾਂਜੀ, ਥੋੜ੍ਹਾ ਜਿਹਾ ਹੋਰ ਕਰਨਾ ਆਪਾਂ। ਹਾਂਜੀ, ਅੱਛਾ ਜੀ। ਹਾਂਜੀ, ਹਾਲੀ ਲਸਣ ਜਿਹੜਾ ਤੁਸੀਂ ਵਰਤਦੇ ਆ, ਅਗਰ ਆਪਾਂ ਗੁਰਦੁਆਰੇ ਵਰਤਦੇ ਆ, ਚਾਹੇ ਅਸੀਂ ਉਸਨੂੰ ਘਰੋਂ ਖਾ ਕੇ ਜਾਂਦੇ ਹਾਂ, ਚਾਹੇ ਕਿਸੇ ਸਾਡੇ ਕੋਲ ਜਿਹੜਾ ਨਾਲ ਬੈਠਾ ਹੁੰਦਾ ਉਸਨੇ ਖਾਧਾ ਹੋਵੇ, ਉਹ ਫਿਰ ਬੋਝ ਜਿਹੜੀ ਆ ਬਹੁਤ ਖਰਾਬ ਲੱਗਦੀ ਆ, ਫਿਰ ਤੁਹਾਨੂੰ ਡਿਸਟਰਬੈਂਸ ਹੁੰਦੀ ਆ। ਤੁਸੀਂ ਸੁਣ ਤੇ ਜਾਂਦੇ ਆ ਕਥਾ ਕੀਰਤਨ, ਪਰ ਤੁਹਾਡਾ ਮਨ ਉਲਟ ਜਾਂਦਾ, ਸਟਰੋਂਗ ਸਮੈਲ ਹੈ ਬਹੁਤ। ਹਾਂਜੀ, ਹਾਂਜੀ, ਸਟਰੋਂਗ ਸਮੈਲ ਹੈ, ਤੇ ਉਹ ਰੀਜ਼ਨਸ ਤੇ ਗੁੱਡ ਹੈਗੇ। ਅਗਰ ਗੁਰਦੁਆਰੇ ਜਾਣਾ ਤਾਂ ਕੋਈ ਸਟਰੋਂਗ ਚੀਜ਼ ਨਾ ਖਾਓ। ਹਾਂਜੀ, ਉਸ ਦਾ ਮਤਲਬ ਕਿ ਸਮੈਲ ਆਉਂਦੀ ਸਬਜ਼ੀਆਂ ਦੀ, ਜਿਵੇਂ ਤਕਰੀਬਨ ਹੀ ਜਿਵੇਂ ਮੈਂ ਜਾਣਾ ਹੁੰਦਾ, ਮਤਲਬ ਹੁਣ ਤਾਂ ਮੈਂ ਇੱਕ ਕੱਪੜੇ ਪਾ ਕੇ ਕੁਕਿੰਗ ਕਰ ਰਹੀ ਹਾਂ। ਹਾਂਜੀ, ਹਾਂਜੀ। ਅਗਰ ਮੈਂ ਹੁਣ ਸਕੂਲ ਜਾਣਾ ਨਾ ਆਪਣੇ ਗ੍ਰੈਂਡਸਨ ਨੂੰ ਲੈਣ, ਤੇ ਮੈਂ ਕੱਪੜੇ ਚੇਂਜ ਕਰਨੇ, ਕਿਉਂਕਿ ਮੈਨੂੰ ਇਹ ਹੁੰਦਾ ਹੈ ਕਿ ਜਾਵਾਂਗੇ ਤਾਂ ਸਮੈਲ ਆਏਗੀ ਕੱਪੜੇ। ਹਾਂਜੀ, ਹਾਂਜੀ। ਤੇ ਤਕਰੀਬਨ ਜੋ ਕੁਕਿੰਗ ਕਰੀ ਤੇ ਕੱਪੜੇ ਚੇਂਜ ਕਰਕੇ ਚਲ ਜਾਓ, ਫਿਰ ਸਮੈਲ ਨਹੀਂ ਆਏਗੀ ਤੁਹਾਡੇ ਕੋਲ। ਕਿਉਂਕਿ ਤੁਸੀਂ ਕਿਸ ਤਰ੍ਹਾਂ ਕੁਕਿੰਗ ਕਰਕੇ ਉਨੀ ਕੱਪੜਿਆਂ ਨਾਲ ਗੁਰਦੁਆਰੇ ਚਲ ਜਾਂਦੇ। ਅੱਛਾ ਜੀ, ਹੁਣ ਇਹ ਦੱਸੋ ਤੁਸੀਂ ਕਿੰਨਾ ਖੋਰੇ ਨੂੰ ਕੁੱਕ ਕਰਨਾ, ਕਰਕੇ ਮੇਰੇ ਖਿਆਲ ਦੇ ਵਿੱਚ ਥੋੜਾ ਟੈਕਸਚਰ ਇਹਨਾਂ ਦਾ ਚੇਂਜ ਹੋ ਗਿਆ, ਥੋੜਾ ਜਿਹਾ ਹੋਰ ਚਾਹੀਦਾ ਹੈ। ਅੱਛਾ, ਕਿਉਂਕਿ ਇਲੈਕਟ੍ਰਿਕ ਗੈਸ ਹੈ, ਹਾਂ ਹਾਂ, ਇਹ ਥੋੜਾ ਜਿਹਾ ਸਲੋ ਚੱਲਦਾ ਹੈ, ਅਗਰ ਦੂਸਰਾ ਗੈਸ ਹੁੰਦਾ ਹੈ ਕਦੋਂ ਜਲਦੀ ਹੋ ਜਾਂਦਾ ਸੀ। ਹਾਂ ਹਾਂ, ਤੇ ਸਾਡੇ ਕੋਲ ਇਲੈਕਟ੍ਰਿਕ ਵਾਲਾ ਹੈ, ਇਹਦੇ ਕਰਕੇ ਸਾਨੂੰ ਥੋੜਾ ਜਿਹਾ ਸਲੋ ਚੱਲਦਾ ਹੈਗਾ। ਤੇ ਆਪਾਂ ਨੂੰ ਪਤਾ ਕਿੱਦਾਂ ਲੱਗੇ ਕਿੰਨੀ ਖੋਈ ਹੋਣੀ ਚਾਹੀਦੀ, ਚਾਹੇ ਆਪਣੀ ਹਰੇਕ ਦੀ ਪ੍ਰੈਫਰੈਂਸ ਹੈਗੀ ਆ, ਬਸ ਤੁਹਾਨੂੰ ਦੇਖ ਕੇ ਥੋੜਾ ਜਿਹਾ, ਹੁਣ ਇਹ ਜ਼ਿਆਦਾ ਕੱਚੀ ਹੈ ਨਾ, ਥੋੜਾ ਮਤਲਬ ਕਿ ਇਹਦਾ ਚੇਂਜ ਹੋਣਾ ਚਾਹੀਦਾ ਹੋਰ ਕਲਰ। ਹਾਂਜੀ, ਜਦੋਂ ਇਹ ਬਣ ਜਾਏਗੀ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਕਿੰਨਾ ਕੁ ਚਾਹੀਦਾ। ਉਹ ਥੋੜੀ ਮੈਂ ਤੇ ਕਹਿੰਦੀ ਹੁੰਦੀ ਜਿੱਦਾਂ ਗੁਸ਼ ਮੁਸ਼ ਹੋ ਜਾਂਦੀ ਆ, ਗੁਸ਼ ਮੁਸ਼ ਨਹੀਂ ਕਰਦੀ, ਇਹ ਤੁਹਾਡਾ ਖਾਸ ਵਰਡ ਹੈ, ਉਹ ਜਿੱਦਾਂ ਰਿੰਕਲਸ ਨਹੀਂ ਕਿਸੇ ਚੀਜ਼ ਤੇ ਹੋਈਆਂ ਹੁੰਦੀਆਂ, ਇਸ ਤਰ੍ਹਾਂ ਉਹਨਾਂ ਜ਼ਿਆਦਾ ਨਹੀਂ ਆਪਾਂ ਇਹਨੂੰ ਕਰਨਾ, ਆਪਾਂ ਇਹਨੂੰ ਥੋੜਾ ਕਰਨਾ, ਪਰ ਹਾਲੀ ਉਹਨਾਂ ਜਾਨੀ ਕਿ ਜਿਹੜਾ ਇਹਨਾਂ ਦਾ ਉੱਪਰਲਾ ਹੈਗਾ ਆ ਸ਼ਕਲ, ਉਹ ਸੇਮ ਹੀ ਰਹੇ ਜਿਸ ਤਰ੍ਹਾਂ ਤਾਜ਼ੀ ਸੀਗੀ ਪਹਿਲਾਂ, ਹਨਾ। ਹੁਣ ਤੁਸੀਂ ਦੇਖਿਆ ਹੋਣਾ ਜੇ ਸ਼ਿਮਲਾ ਮਿਰਚੇ ਆਪਾਂ ਸੈਲਡ ਵਿੱਚ ਵੀ ਯੂਜ਼ ਕਰਦੇ ਆ, ਹਾਂਜੀ, ਤੇ ਇਹਨੂੰ ਸੈਲਡ ਵਿੱਚ ਵੀ ਖਾਈਦਾ ਹੁੰਦਾ, ਤੇ ਇਹਦੇ ਵਿੱਚ ਸ਼ਿਮਲਾ ਮਿਰਚ ਦੇ ਵਿੱਚ ਤੁਹਾਨੂੰ ਪਤਾ ਪ੍ਰੋਟੀਨਸ ਕਿਹੜੀਆਂ ਹੈਗੀਆਂ? ਹਾਂਜੀ, ਇਹਦੇ ਵਿੱਚ ਵਿਟਾਮਿਨ ਏ, ਬੀ, ਸੀ, ਈ, ਇਹਦੇ ਵਿੱਚ ਅੱਛਾ ਸਭ ਕੁਝ ਹੈਗਾ। ਹਾਂਜੀ, ਇਹਦੇ ਕਾਫੀ ਕੁਝ ਹੈ, ਤੇ ਮੈਂ ਕਿਹਾ ਵਿਟਾਮਿਨ ਸੀ ਵੀ ਹੈਗੀ ਆ, ਹਨਾ, ਏ, ਬੀ, ਸੀ, ਈ, ਸਮਝ ਲਓ। ਮੈਂ ਤਾਂ ਕਈ ਵਾਰ ਕਹਿੰਦੀ ਹਾਂ ਸੀ ਤਾਂ ਹੈਗੀ ਹੈ, ਮਿਰਚ ਖਾ ਕੇ ਸੀ ਕਰੀਦਾ ਹੁੰਦਾ ਨਾ। ਹਾਂਜੀ, ਕੌੜੀਆਂ ਨੀ, ਮਿੱਠੀਆਂ ਹੀ ਹੁੰਦੀਆਂ। ਹੁਣ ਲੱਗ ਰਿਹਾ ਥੋੜਾ, ਹੁਣ ਹੋ ਰਿਹਾ ਨੀਲੀ ਡਾਲਨੇ ਨਾ, ਥੋੜਾ ਜਿਹਾ ਹੋਰ ਕਰਨਾ। ਤੇ ਜਿਹੜਾ ਯੈਲੋ ਤੇ ਰੈਡ ਹੈ ਨਾ, ਇਹ ਤਾਂ ਬਿਲਕੁਲ ਮਿੱਠੀਆਂ, ਜਿਹੜਾ ਇਹਦਾ ਥੋੜਾ ਕੜੱਤਨ ਹੁੰਦਾ ਥੋੜਾ ਜਿਹਾ। ਹਾਂਜੀ, ਹਾਂਜੀ, ਟੇਸਟ ਡਿਫਰੈਂਟ ਹੁੰਦਾ, ਥੋੜੀ ਲਾਲ ਥੋੜੀ ਸਵੀਟ ਹੁੰਦੀ ਆ। ਹਾਂ, ਰੈੱਡ ਐਂਡ ਯੈਲੋ ਦੋਨੋਂ ਸਵੀਟ ਹੁੰਦੀਆਂ, ਤੇ ਤਾਂ ਹੀ ਜ਼ਿਆਦਾਤਰ ਇਹੀਓ ਯੂਜ਼ ਹੁੰਦੀ ਹੈ ਸੈਲਡ ਵਿੱਚ। ਹਾਂਜੀ, ਤੇ ਕਈ ਵਾਰ ਹਾਂਜੀ ਲਾਲ ਔਰ ਪੀਲੀ, ਇੱਕ ਔਰੇਂਜ ਵੀ ਹੁੰਦੀ, ਉਹ ਵੀ ਥੋੜੀ ਸਵੀਟ ਹੁੰਦੀ ਆ। ਹਾਂ, ਤਾਂ ਬਸ ਇਹਦੇ ਵਿੱਚ ਦੇਖੋ ਥੱਲੇ ਬਿਲਕੁਲ ਨਹੀਂ ਲੱਗ ਰਿਹਾ ਨਾ। ਹਾਂਜੀ, ਇਸ ਪੈਨ ਦੇ ਵਿੱਚ, ਹਾਂ, ਇਹਦੇ ਵਿੱਚ ਅੱਧਾ ਸਪੂਨ ਸਿਰਫ ਤੇਲ ਪਾਇਆ ਸੀ। ਅਗਰ ਆਪਾਂ ਦੂਜਾ ਕੋਈ ਪੈਨ ਯੂਜ਼ ਕਰਦੇ ਤੇ ਫਿਰ ਉਹਨੇ ਥੱਲੇ ਲੱਗਣ ਲੱਗ ਜਾਣਾ ਸੀ ਨਾ, ਤੇ ਇਹਦੇ ਕਰਕੇ ਇਹਦਾ ਬਹੁਤ ਫਾਇਦਾ ਆਪਣੇ ਹੈਲਥ ਵਾਸਤੇ, ਬਹੁਤ ਫਾਇਦਾ। ਤੇ ਤੇਲ ਅਸੀਂ ਘੱਟ, ਲੇਕਿਨ ਜੋ ਆਪਾਂ ਤੇਲ ਜਾਂ ਘਿਓ ਕਹਿੰਦੇ ਨੇ ਵੀ ਘੱਟ ਖਾਓ, ਹਾਂ, ਹਰ ਇੱਕ ਚੀਜ਼ ਲਿਮਿਟ ਨਾਲ ਹੀ ਠੀਕ ਰਹਿੰਦੀ ਹੈ, ਪਰ ਫਿਰ ਉਸ ਹਿਸਾਬ ਨਾਲ ਭਾਂਡੇ ਵੀ ਚਾਹੀਦੇ। ਹਾਂਜੀ, ਹੁਣ ਅੱਜ ਕੱਲ੍ਹ ਤਾਂ ਕਹਿੰਦੇ ਨੇ ਇੱਕ ਭਾਂਡੇ ਨਿਕਲੇ ਪਤਾ ਨਹੀਂ ਅਮੈਰੀਕਾ ਤੋਂ, ਹਾਂ ਹਾਂ, ਤੇ ਆਈ ਥਿੰਕ
2000 ਦਾ ਇੱਕ ਪੈਨ ਹੀ ਉਹ ਵਾਓ ਅੱਛਾ ਦੱਸਿਆ ਸੀ ਉਹ ਆਪਣੇ ਆਪ ਹੀ ਖਾਣਾ ਬਣ ਜਾਂਦਾ ਹੁਣ ਮਿਹਨਤ ਨਹੀਂ ਕਰਨੀ ਪੈਂਦੀ ਹੁਣ ਕਹਿੰਦੇ ਉਹਦੇ ਵਿੱਚ ਤਾਂ ਬਿਲਕੁਲ ਵੀ ਤੇਲ ਟੱਚ ਵੀ ਨਾ ਕਰੋ ਆਲ ਰਾਈਟ ਠੀਕ ਹੈ ਤਾਂ ਮੈਂ ਕਹਿੰਦੀ ਨਹੀਂ ਥੋੜਾ ਬਹੁਤ ਇਸ ਤਰ੍ਹਾਂ ਦੇ ਤੇ ਉਹ ਵੈਸੇ ਬਣੇ ਹੋ ਜਿਹਦੇ ਵਿੱਚ ਹਾਫ ਸਪੂਨ ਚਾਹ ਥੋੜਾ ਜਿਹਾ ਉਹ ਇਲੈਕਟ੍ਰੋਨਿਕ ਹੁੰਦੇ ਆ ਵੈਸੇ ਪਰ ਮੈਂ ਤਾਂ ਇਹ ਦੇਖਦੀ ਹੁੰਦੀ ਇਦਾਂ ਦੀਆਂ ਚੀਜ਼ਾਂ ਦੇ ਸਾਈਡ ਇਫੈਕਟਸ ਜ਼ਰੂਰ ਹੁੰਦੇ ਆ ਐਂਡ ਦੇ ਵਿੱਚ ਬਿਲਕੁਲ ਬਿਲਕੁਲ ਹੁਣ ਤੁਸੀਂ ਮੈਨੂੰ ਇੱਕ ਬੋਲ ਪਾਸ ਕਰ ਦੋ ਆਪਾਂ ਕਿਹੜੀ ਚੀਜ਼ ਚਾਹੀਦੀ ਆ ਅੱਛਾ ਹੈ ਨਾ ਜਿਹਦੇ ਚ ਆਪਾਂ ਇਹਨੂੰ ਪਤਾ ਦੇ ਹਾਂਜੀ ਇਹਦੇ ਚ ਪਾ ਦਈਏ ਆਈ ਥਿੰਕ ਬੈਟਰ ਹੈ ਨਾ ਤੇ ਇਹ ਤੁਸੀਂ ਇੱਥੇ ਰੱਖ ਦਿਓ ਤੁਹਾਡੇ ਹੱਥ ਤੇ ਨਾ ਲੱਗ ਜਾਏ ਹਾਂਜੀ ਤੇ ਇਹ ਦੇਖੋ ਹੁਣ ਲੱਗਦਾ ਨਾ ਥੋੜਾ ਕੁੱਕ ਹੋਇਆ ਹਾਂਜੀ ਥੋੜਾ ਥੋੜਾ ਕਲਰ ਵੀ ਚੇਂਜ ਹੋ ਗਿਆ ਤੇ ਤੁਹਾਡੇ ਕਹਿਣ ਦੇ ਮਤਲਬ ਗੁਸ਼ਮੁਸ਼ ਨਹੀਂ ਹੋਇਆ ਪਰ ਅੱਛਾ